ਸਾਂਝਾ ਪੰਜਾਬ ਟੀਵੀ ਲਈ ਖਡੂਰ ਸਾਹਿਬ ਤੋਂ ਕੁਲਦੀਪ ਸਿੰਘ ਮਾਨ ਦੀ ਰਿਪੋਰਟ। ਹਾਂਜੀ ਭਾਅ ਜੀ, ਕੀ ਨਾਂ ਆਪਣਾ ਅਤੇ ਕਿੱਥੇ ਚਲੇ ਜੀ ਤੁਸੀਂ? ਮੇਰਾ ਨਾਮ ਗੁਰਪਾਲ ਸਿੰਘ ਜੀ, ਇਹ ਮੇਰਾ ਭਰਾ ਬ੍ਰਦਰ ਆ, ਇਹਦਾ ਨਾਮ ਬਲਜੀਤ ਸਿੰਘ ਹੈ ਜੀ। ਅੱਛਾ ਜੀ। ਆਪਾਂ ਆਨੰਦ ਕਾਰਜ ਰੱਖਿਆ ਜੀ। ਅੱਛਾ ਜੀ। ਅਤੇ ਉਹਦਾ ਕਰਕੇ ਉਹ ਵੀ ਆਪਣੀ ਲੜਕੀ ਵੱਲੋਂ ਪਰਿਵਾਰ ਵੱਲੋਂ ਮੈਂ ਹੀ ਹਾਂ ਜੀ। ਅੱਛਾ। ਤਾਂ ਕਰਕੇ ਕੈਂਸਲ ਨਹੀਂ ਹੋ ਸਕਿਆ, ਕੋਸ਼ਿਸ਼ ਕੀਤੀ ਸੀ। ਅੱਛਾ। ਅਤੇ ਅਸੀਂ ਫਿਰ ਆਪਣਾ ਮੋਟਰਸਾਈਕਲ ਬਰਾਤ ਲੈ ਕੇ ਚੱਲੇ ਜੀ। ਕਿਹੜੇ ਪਿੰਡ ਜਾਣਾ ਜੀ? ਨਸ਼ਹਿਰਾ ਪਨਵਾ ਜੀ, ਜਲੰਧਰ ਤੋਂ ਆਏ ਜੀ। ਤੁਹਾਨੂੰ ਰੋਕਿਆ ਨਹੀਂ ਕਿਸੇ ਨੇ ਕਰਫਿਊ ਦੇ ਵਿੱਚ? ਨਹੀਂ ਨਹੀਂ ਰੋਕਿਆ ਜੀ, ਪੁਲਿਸ ਵਾਲਿਆਂ ਨੂੰ ਉਹਨਾਂ ਨੇ ਰਿਕੁਐਸਟ ਕਰਕੇ ਸਹਿਜ ਜੱਠੇ ਦੇ ਨਾਲ ਆ, ਸਹਿਜ ਜੱਠੇ ਵਿਖਾਓ ਜੀ, ਸਹਿਜ ਜੱਠੇ ਦੇ ਨਾਲ ਆ, ਇਹ ਚਾਲੀ ਅਸੀਂ ਐਪਲੀਕੇਸ਼ਨ ਲਿਖੀ ਸੀ, ਪੁਲਿਸ ਵਾਲਿਆਂ ਨੇ ਸਾਡੀ ਮਦਦ ਕੀਤੀ, ਸਾਰਿਆਂ ਨੇ ਕਹਿੰਦੇ ਵੀ ਜਾਓ। ਅੱਛਾ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਤੁਸੀਂ ਅੱਜ ਮੋਟਰਸਾਈਕਲ ਦੇ ਉੱਤੇ ਜਿਹੜੀ ਆਪਣੀ ਸ਼ਾਦੀ ਕਰਨ ਵਾਸਤੇ ਚੱਲੇ ਜੀ? ਅੱਜ ਅਜੀਬ ਹੀ ਲੱਗਣ ਦਿਆ ਜੀ, ਵੱਖਰਾ ਇੱਕ, ਵੈਸੇ ਤਾਂ ਗੱਡੀਆਂ 'ਚ ਜਾਂਦੇ ਵੈਸੇ, ਚਲੋ ਜੋ ਮਹਾਰਾਜ ਨੇ ਮੁੰਜੀ ਸਮੇਂ ਦੇ ਹਿਸਾਬ ਨਾਲ, ਸਮੇਂ ਦੇ ਹਿਸਾਬ ਨਾਲ ਸਮਾਂ ਵੇਖਣਾ ਪੈਂਦਾ ਜੀ। ਤੁਸੀਂ ਜਿਹੜੀ ਕਰਫਿਊ ਦੀ ਪਾਲਣ ਕਰ ਰਹੇ ਜੋ, ਅਤੇ ਨਾਲ ਨਾਲ ਤੁਸੀਂ ਜਿਹੜੀ ਆ ਇਹ ਨਵੀਂ ਬਿਮਾਰੀ ਉਹਦਾ ਵੀ ਜਿਹੜਾ ਪਾਲਣ ਕਰ ਰਹੇ ਜੋ? ਜ਼ਿਆਦਾ ਜਾਣੇ ਨਹੀਂ ਲੈ ਕੇ ਜਾਂਦੇ, ਸਾਨੂੰ ਦੂਜਿਆਂ ਨੂੰ ਅਪੀਲ ਆ ਵੀ ਜ਼ਿਆਦਾ ਇਕੱਠ ਨਾ ਕਰੋ, ਆਪਣੇ ਸਿੰਪਲ ਜਾਓ ਤਾਂ ਸਿੰਪਲ। ਦੋ ਮੋਟਰਸਾਈਕਲ ਲਿਆਂਦੇ, ਦੋ ਹਾਰਡ ਮੋਟਰਸਾਈਕਲ ਅੱਗੇ ਲੰਘ ਗਿਆ ਇੱਕ। ਹਾਂਜੀ ਠੀਕ। ਪੰਜ ਹਜ਼ਾਰ ਠੀਕ ਹੈ ਜੀ, ਖਾਲਸਾ। ਨਹੀਂ 50 ਨਾਲ ਤਾਂ ਤੁਸੀਂ ਦੂਜਿਆਂ ਨੂੰ ਤਾਂ ਕੁੱਟਦੇ ਫਿਰਦੇ ਹੋ ਡਾਂਗਾਂ ਨਾ, ਅਤੇ ਆਪ ਕਿੱਧਰ? ਇਹ 50 ਨਹੀਂ ਪਾਉਂਦਾ ਅੱਜ ਡਿਊਟੀ? ਕਿੱਧਰ ਪਰਿਵਾਰ? ਪਰਿਵਾਰ ਨਾਲ ਕਿੱਧਰ ਚੱਲਿਆ? ਰੋਕੀ ਮੋਟਰਸਾਈਕਲ, ਬੱਚੇ ਨਾਨਕੇ ਆਇਆ, ਅੱਜ 50 ਬੰਦ ਨਹੀਂ ਗਾ, ਡਿਊਟੀ ਕਰਕੇ ਕਿਵੇਂ ਜਾ ਵੜੋਂਗਾ ਤੁਸੀਂ? 44 ਲੱਗੀ ਮੈਂ ਤੁਹਾਨੂੰ ਇਹ ਗੱਲ ਦਾ ਪਤਾ ਨਾ, ਦਫਾ 44 ਲੱਗੀ ਵੀ ਆ, ਤਾਂ ਤੁਸੀਂ ਕਿਵੇਂ ਡਿਊਟੀ ਛੱਡ ਕੇ ਜਾਓਗੇ? ਵਰਦੀ ਤੁਹਾਡੇ ਪਾਈ ਮੈਂ ਡਿਊਟੀ ਛੱਡ ਕੇ ਜਾਂਦੇ ਹਾਂ ਤੁਸੀਂ, ਇਹ ਡਿਊਟੀ ਛੱਡ ਕੇ ਜਾਂਦੇ ਹੋ ਤੁਸੀਂ? ਹਾਂ ਕਿੱਥੇ ਡਿਊਟੀ ਕਰਕੇ ਆਏ ਤੁਸੀਂ? ਆ ਭਿੱਖੀਆਂ ਨੇ ਤਾਂ ਜਵਾਕ, ਆ ਫੈਮਿਲੀ ਕਿੱਧਰ ਲੈ ਕੇ ਚੱਲੇ ਹੋ ਤੁਸੀਂ? ਪੋਤੇ ਪੋਤੀਆਂ ਨੀ, 50 ਬੰਦ ਆ, ਦਫਾ 144 ਲੱਗੀ ਵੀ ਆ, ਤੁਸੀਂ ਕਿਵੇਂ ਜਾ ਸਕਦੇ ਹੋ? ਆਪ ਚੰਗੀ ਤਰ੍ਹਾਂ ਜਾਣਦੇ ਹੋ, ਸਮਾਧ ਖੜ ਜਾਓ, ਡਾਂਗਾਂ ਪੈਂਦੀਆਂ, ਹਾਕਮ ਵਾਲੇ ਖੜ ਜਾਓ, ਡਾਂਗਾਂ ਪੈਂਦੀਆਂ ਸਾਡੇ ਆਪ ਪੰਜਾਬ, ਤੁਸੀਂ ਬੰਦੇ ਨੀ, ਤੁਸੀਂ ਕਿਸੇ ਦੇ ਮਾਰਨ ਲੱਗੇ ਵੀ ਨੇ ਆ, ਇਹ ਤੁਹਾਡੇ ਜਵਾਕ ਬੈਠੇ, ਮੈਂ ਡਾਂਗ ਲੈ ਕੇ ਤੁਹਾਡੇ ਮਾਰਾਂ ਫੇਰ? ਨਹੀਂ ਭਿੱਖੀਆਂ ਨੇ ਡਿਊਟੀ ਕਰਕੇ ਆਉਣੇ ਆ, ਡਿਊਟੀ ਕਰਕੇ ਇਕੱਲੇ ਆਓ, ਫੈਮਿਲੀ ਦਾ ਕੀ ਕੰਮ ਨਾਲ? ਵਾਹ ਹੋ ਗਿਆ ਕੰਮ, ਡਾਂਗ ਫਿਰੂ ਦੇਖ ਲੈ, ਭੱਜਲਬਾਜ਼ੀ ਜੇ ਕਰਨੀ ਹੈ ਤੇ ਸ਼ਰਮੀ ਫੜੀ ਤੁਸੀਂ ਲੋਕਾਂ ਨੇ, ਅਸੀਂ ਕਿਹਦੀ ਖਾਤਰ ਘੁੰਮਦੇ? ਤੁਹਾਡੀ ਖਾਤਰ ਘੁੰਮਦੇ ਆ, ਉੱਠ ਕੇ ਉੱਠ ਕੇ। ਅੱਛਾ, ਮੈਂ ਲਾਪਣਾ ਪੂਣੀਆਂ ਪੈਕਾਂ ਕਰ ਜਾ ਤੂੰ, ਹੈਂ ਲੋਕਾਂ ਨੂੰ ਅਗਲੇ ਹੈ ਨਹੀਂ, ਬੰਦੇ ਦੇ ਪੁੱਤ ਬਣ ਜਾਓ, ਅੱਗੇ ਵਾਸਤੇ ਜੇ ਦੇਖ ਲੈ ਨਾ, ਬੰਦ ਕਰੋ ਹੁਣ, ਤਾਂ ਦੇਖ ਲਓ ਇਹ ਡਾਂਗ ਦਿਖੂਗੀ ਨਹੀਂ, ਫਿਰੂਗੀ ਵੀ ਤੁਹਾਡੇ ਚੱਜ ਨਾਲ, ਠੀਕ ਹੈ।